ਦੇਖੋ ਦਿੱਲੀ ਦੇ ਸਫ਼ਰ ਦੇ ਵਿੱਚ ਹਾਂ। ਹਾਂਜੀ, ਹੋਰ ਕਿੱਦਾਂ, ਠੀਕ ਹੋ? ਮੈਂ ਬਿਲਕੁਲ ਠੀਕ ਹੂੰ, ਪਰਮੇਸ਼ਵਰ ਦਾ ਸ਼ੁਕਰ ਹੈ। ਆਪ ਸਭ ਕੈਸੇ ਠੀਕ ਹੈ? ਹਾਲੇਲੂਇਆ, ਪ੍ਰੇਜ਼ ਦ ਲਾਰਡ। ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਜੈ ਮਸੀਹ ਦੀ। ਸੋ ਅੱਜ ਪੂਰੀ ਰਮਨਸ ਮਿਸਟਰੀ ਦੀ ਟੀਮ ਜਿਹੜੀ ਹੈ ਦਿੱਲੀ ਕ੍ਰੂਸਡ ਦੇ ਲਈ ਜਾ ਰਹੀ ਹੈ, ਅਤੇ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਹਾਂ। ਸਾਡੇ ਨਾਲ ਦੇਖੋ ਇੱਧਰ ਪੂਰੀ ਟੀਮ ਹੈ, ਜਿਹਦੇ ਵਿੱਚ ਪਾਸਟਰ ਗਿੰਨੀ ਬੈਠੇ ਆ, ਪਾਸਟਰ ਗੁਰਜੀਤ ਬੈਠੇ ਆ ਉਹ ਪਿੱਛੇ। ਵੱਡਾ ਚੈਲੰਜ ਸੀ, ਲੇਕਿਨ ਖੁਦਾ ਦੀ ਫਜ਼ਲ ਨਾਲ ਅਸੀਂ ਅੱਜ ਦਿੱਲੀ ਫਤਿਹ ਕਰਨ ਜਾ ਰਹੇ ਹਾਂ। ਪੂਰੀ ਟੀਮ ਬੱਸ ਦੇ ਵਿੱਚ ਜਾ ਰਹੀ ਹੈ, ਅਸੀਂ ਅਰਲੀ ਮਾਰਨਿੰਗ ਦਾ ਟਾਈਮ ਹੈ, ਲਗਾਤਾਰ ਕੰਮ ਕਰ ਰਹੇ ਹਾਂ। ਬ੍ਰਦਰ ਸ਼ਮੋਨ ਵੀ ਸਾਡੇ ਨਾਲ ਹਨ, ਅਤੇ ਮੈਂ ਚਾਹੁੰਦਾ ਕਿ ਬ੍ਰਦਰ ਸ਼ਮੋਨ ਕੁਛ ਕਹਿਣ, ਉਸ ਤੋਂ ਬਾਅਦ ਅਸੀਂ ਪਾਸਟਰ ਗਿੰਨੀ ਜੀ ਕੋਲ ਜਾਵਾਂਗੇ, ਛੋਟੀ ਪ੍ਰੇਅਰ ਵੀ ਕਰਾਂਗੇ। ਹਾਂਜੀ ਬ੍ਰਦਰ ਜੀ, ਤੁਸੀਂ ਅੱਜ ਦਿੱਲੀ ਜਾ ਰਹੇ ਹੋ ਖੁਦਾ ਦੇ ਕੰਮ ਲਈ, ਅਤੇ ਕਿੱਦਾਂ ਦਾ ਫੀਲ ਕਰ ਰਹੇ ਹੋ, ਕਿ ਮੌਸਮ ਕਿੱਦਾਂ ਦਾ, ਸਾਰਾ ਕੁਝ ਦੱਸੋ। ਬਹੁਤ ਅੱਛਾ ਜੀ, ਐਕਸਾਈਟਡ ਹੈ ਪੂਰੇ, ਹਮ ਜਾ ਰਹੇ ਹਾਂ ਦਿੱਲੀ ਤੋਂ। ਸੋ ਜੈਸੇ ਪੰਜਾਬ ਮੇ ਪ੍ਰਭੂ ਕੀ ਆਸ਼ੀਸ਼ ਬਰਕਤੇ ਲੋਕ ਹਾਸਿਲ ਕਰ ਰਹੇ ਹਮ ਚਾਹਤੇ ਹੈ ਕਿ ਦਿੱਲੀ ਵਾਲੇ ਵੀ ਲੋਕ ਬਲੈਸਿੰਗ ਪਾਏ, ਔਰ ਹਮ ਚਾਹਤੇ ਹੈ ਕਿ ਜਿਤਨੇ ਹਮਾਰੇ ਸਾਥ ਹਮਾਰੇ ਬਹਿਨ ਭਾਈ ਹੈ, ਦਿੱਲੀ ਕੇ ਲੀਏ ਹਮ ਜਾ ਰਹੇ ਹੈ, ਔਰ ਦਿੱਲੀ ਕੀ ਆਸ਼ੀਸ਼ ਆਪਕੇ ਸਾਥ ਹੋ। ਆਮੀਨ। ਪਰਮੇਸ਼ਵਰ ਕੀ ਹਜ਼ੂਰੀ ਮੇ ਆਪਣੇ ਸਰੋਂ ਕੋ ਝੁਕਾਏ, ਤਹਿ ਦਿਲ ਸੇ ਧੰਨਵਾਦ ਕਰਤੇ ਹੈ, ਸ਼ੁਕਰ ਕਰਤੇ ਹੈ, ਤਾਰੀਫ ਕਰਤੇ ਹੈ ਪ੍ਰਭੂ, ਆਜ ਕੀ ਸੁਬਹ ਕੇ ਲੀਏ ਪ੍ਰਭੂ, ਜੋ ਆਪਨੇ ਹਮਾਰੀ ਜ਼ਿੰਦਗੀਓ ਮੇ ਦੀ ਹੈ। ਮੇਰੇ ਪਿਤਾ ਦਿੱਲੀ ਕੇ ਲੀਏ ਜਾ ਰਹੇ ਹੈ, ਨਿਊ ਬ੍ਰਾਂਚ ਕੇ ਲੀਏ ਪ੍ਰਭੂ ਯਿਸੂ ਮਸੀਹ, ਵਹਾਂ ਪੇ ਬੜੇ ਬੜੇ ਕਾਮ ਹੋਣੇ ਪਏ ਮੇਰੇ ਪਿਤਾ ਪਰਮੇਸ਼ਵਰ, ਜਬ ਆਪਕੇ ਦਾਸ ਵਹਾਂ ਪੇ ਜਾਤੇ ਹੈ, ਬੜੇ ਕਾਮ ਹੋਣੇ ਪਏ ਮੇਰੇ ਪਿਤਾ ਪਰਮੇਸ਼ਵਰ, ਮੈਂ ਸਾਰੇ ਸਫ਼ਰ ਕੋ ਆਪਕੇ ਹਾਥੋਂ ਮੇ ਦੇ ਕੇ ਪ੍ਰਭੂ ਜੀਵਤ ਨਾਮ ਸੇ ਮੰਗਦੀ ਹੂੰ। ਸਭ ਬੋਲੇਂਗੇ ਹਾਲੇਲੂਇਆ। ਕੀਬੋਰਡ ਪਲੇਅਰ ਆ, ਤੇ ਬ੍ਰਦਰ ਆਰਿਫ ਜੋ ਕਿ ਪੈਡ ਪਲੇਅਰ ਕਰਦੇ ਆ, ਤੇ ਇੱਧਰ ਸਾਡੇ ਯੂਥ ਦੇ ਕੁਝ ਮੈਂਬਰ ਹਨ, ਬ੍ਰਦਰ ਲਾਲੀ ਆ ਗਿਟਾਰ ਵਜਾਉਂਦੇ ਆ, ਤੇ ਬ੍ਰਦਰ ਬੋਬੀ ਆ, ਬ੍ਰਦਰ ਸਿਕੰਦਰ ਆ, ਧੰਨਵਾਦ ਕਰਦੇ ਆ। ਇੱਕ ਸਾਡੀ ਬੱਸ ਟੈਂਪੂ ਟਰੈਵਲ ਸਾਡਾ ਹੋਰ ਆ ਰਿਹਾ, ਉਹ ਪਿੱਛੇ ਆ ਰਿਹਾ। ਉਮੀਦ ਕਰਦੇ ਹਾਂ ਕਿ ਰਮਨਾ ਸਮਿਸ਼ਟੀ ਦਾ ਦਿੱਲੀ ਜਾਣਾ ਦਿੱਲੀ ਦੇ ਵਿੱਚ ਬਹੁਤ ਵੱਡੀ ਬੇਦਾਰੀ ਲੈ ਕੇ ਆਏਗਾ, ਔਰ ਅਸੀਂ ਖੁਦਾ ਦੇ ਵੱਡੇ ਕੰਮਾਂ ਨੂੰ ਮੈਨ ਆਫ ਗੋਡ ਅਪੋਸਟਲ ਰਮਨ ਜੀ ਦੁਆਰਾ ਉੱਥੇ ਪੂਰੇ ਹੁੰਦੇ ਦੇਖਾਂਗੇ। ਸੋ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ, ਗੋਡ ਬਲੈਸ ਯੂ। हाय गाइस, चाय पीने के लिए रुके थे, अभी छोटा सा ब्रेक लिया, चाय पियेंगे अभी। ਹਾਂਜੀ ਜੀ, ਅਸੀਂ ਹੁਣ ਪਹੁੰਚ ਚੁੱਕੇ ਹਾਂ, ਦੇਖੋ ਦਿੱਲੀ ਦੇ ਸਫ਼ਰ ਦੇ ਵਿੱਚ ਹਾਂ, ਅਤੇ ਅਸੀਂ ਪਹੁੰਚ ਚੁੱਕੇ ਹਾਂ ਮਿੱਤਰਾਂ ਦੇ ਢਾਬੇ ਦੇ ਉੱਤੇ, ਅਤੇ ਬ੍ਰੇਕਫਾਸਟ ਦੇ ਲਈ ਸਾਡੀ ਟੀਮ ਸਾਰੀ ਰੁਕ ਚੁੱਕੀ ਹੈ ਇੱਧਰ, ਸਾਡੀ ਟੀਮ ਵੀ ਆ ਰਹੀ ਹੈ, ਅਤੇ ਪਾਸ਼ਾ ਸ਼ਮੀ ਜੀ ਹੁਣੇ ਦੂਜੀ ਗੱਡੀ 'ਚ ਆ ਰਹੇ ਆ, ਅਤੇ ਉਹ ਵੀ ਪਹੁੰਚ ਚੁੱਕੇ ਆ, ਅਤੇ ਇੱਧਰ ਦੇਖੋ ਬਹੁਤ ਹੀ ਵਧੀਆ ਲੋਕੇਸ਼ਨ ਆ, ਅਤੇ ਸਿਸਟਰ ਗਿੰਨੀ ਹੁਣੀ ਬੜੀ ਭੁੱਖ ਲੱਗੀ ਹੈ ਸਾਰਿਆਂ ਨੂੰ, ਅਤੇ ਸਾਰੇ ਦੇਖੋ ਕਿੱਦਾਂ ਭੱਜਦੇ ਆ ਰਹੇ ਆ, ਅਤੇ ਕਹਿੰਦੇ ਮਿੱਤਰਾਂ ਦੇ ਢਾਬੇ 'ਤੇ ਆਏ ਆ, ਅਤੇ ਪਰੌਂਠੇ ਖਾਣੇ ਆ ਮੱਖਣ ਦੇ ਨਾਲ, ਠੀਕ ਹੈ ਨਾ। ਅਤੇ ਇੱਧਰ ਦੇਖੋ ਆ ਪੰਜਾਬੀ ਸਾਡੇ ਸਰਦਾਰ ਜੀ ਨੱਚ ਰਹੇ ਆ, ਖੜ੍ਹੇ ਆ, ਅਤੇ ਉਹ ਦੇਖੋ ਅੱਜ ਆ ਜਾਓ ਇੱਧਰ, ਪਾਸਟਰ ਸ਼ਮੀ ਜੀ ਆ ਗਏ ਸਾਨੂੰ ਬੁਲਾ ਰਹੇ ਆ, ਕਹਿੰਦੇ ਜਲਦੀ ਨਾਲ ਆ ਜਾਓ ਅੰਦਰ। ਪਾਸਟਰ ਜੀ ਪ੍ਰੇਜ਼ ਦਿ ਲਾਰਡ। ਹਾਂਜੀ, ਹੋਰ ਕਿੱਦਾਂ, ਠੀਕ ਹੋ? ਮੈਂ ਬਿਲਕੁਲ ਠੀਕ ਹੂੰ, ਪਰਮੇਸ਼ਵਰ ਦਾ ਸ਼ੁਕਰ ਹੈ। ਆਪ ਸਭ ਕੈਸੇ ਠੀਕ ਹੈ? ਔਰ ਅੱਜ ਹਮ ਦਿੱਲੀ ਜਾ ਰਹੇ ਹੈ, ਔਰ ਹਮਾਰੀ ਪੂਰੀ ਟੀਮ ਹਮਾਰੇ ਸਾਥ ਦਿੱਲੀ ਜਾ ਰਹੀ ਹੈ, ਔਰ ਇਤਨਾ ਅੱਛਾ ਲੱਗ ਰਿਹਾ ਹੈ ਕਿ ਹਮ ਮਿਨਿਸਟਰੀ ਕੇ ਲੀਏ, ਪਰਮੇਸ਼ਵਰ ਕੇ ਕਾਮੋਂ ਕੇ ਲੀਏ ਦਿੱਲੀ ਜਾ ਰਹੇ ਹੈ, ਔਰ ਜਿਤਨੇ ਵੀ ਲੋਕ ਇਸ ਵਕਤ ਹਮੇ ਦੇਖ ਰਹੇ ਹੈ, ਹਮ ਆਪਕੋ ਬਤਾਨਾ ਚਾਹਤੇ ਹੈ ਕਿ ਰਮਨੰਸ ਮਿਨਿਸਟਰੀ ਕੀ ਟੀਮ ਬਹੁਤ ਹੀ ਜ਼ਿਆਦਾ ਮਿਹਨਤ ਕਰ ਰਹੀ ਹੈ,
ठंड नहीं देख रहे, गर्मी नहीं देख रहे और परमेश्वर में दौड़े हुए हैं, भागे। इसमें और बताना चाहता हूँ, अभी हम ब्रेकफास्ट के लिए रुके हैं यहाँ पर और उसके बाद हम रवाना होंगे फिर दिल्ली के लिए। आज वहाँ पे हमारी ग्रैंड ओपनिंग है ब्रांच की और मेरा विश्वास है कि परमेश्वर वहाँ पे कुछ बड़ा करने जा रहा है। आमीन आमीन आमीन। ओके जी, चलो खाना खा लिए, फिर बातों बाकी गल्ला करते। ਮਨੀਸ਼ ਭਾਜੀ ਹੁਣੀ ਪਹਿਲਾਂ ਹੀ ਖਾਣਾ ਖਾ ਰਹੇ ਆ ਅਤੇ ਇਹਨਾਂ ਦੇਖ ਕੇ ਸਾਡੀ ਭੁੱਖ ਹੋਰ ਵੱਧ ਗਈ ਆ। ਆਹ ਦੇਖੋ ਮੱਖਣ ਰੱਖਿਆ, ਸਾਡੀ ਬਾਕੀ ਟੀਮ ਸਾਡੀ ਇੱਧਰ ਆ, ਸਿਸਟਰ ਲੋਕ ਸਾਡੀ ਕੋਆਇਰ ਟੀਮ। ਮੈਂ ਜਲੰਧਰ ਤੋਂ ਆਇਆ ਜੀ ਔਰ ਅਸੀਂ ਪਰੌਂਠੇ ਖਾਣ ਬੈਠੇ ਹਾਂ ਮਿੱਤਰਾਂ ਦੇ ਢਾਬੇ 'ਤੇ, ਅਤੇ ਖਾ ਕੇ ਦੱਸਦੇ ਹਾਂ ਜੀ ਕਿੱਦਾਂ ਦੇ ਆ। प्रेज द लॉर्ड। एक बार फिर से सबको जय मसीह की। सो आज दिल्ली में, आज इस ऑडिटोरियम में यहाँ पे रमना मिनिस्ट्री की जो मीटिंग हो रही है कि अभी प्रेपरेशन चल रही है, मीटिंग की प्रेपरेशन चल रही है, तैयारी चल रही है और सब वॉलंटियर से ज़्यादा जितने लगे हुए हैं तैयारी में। और ये देखिए बहुत ही अच्छा रिजल्ट है यहाँ पे, बहुत ही सीटिंग कैपेसिटी यहाँ पे, तो बैठने की जगह है। सो खुदा के फजल से आज यहाँ पे खुदा के बड़े बड़े काम होंगे। जब मैन ऑफ गॉड यहाँ पे आएंगे तो प्रभु के नाम में यहाँ बहुत बड़े बड़े अजीबो अजंबे काम होने वाले हैं। सो प्रभु आपको आशीष दे। गॉड ब्लेस यू। हालेलुया, प्रेज द लॉर्ड। आप सबको एक बार फिर से जय मसीह की। मैन ऑफ गॉड के द्वारा, पास्टर रमन जी के द्वारा यहाँ पे दिल्ली में बहुत बड़े बड़े मौजे हुए हैं, काम हुए, तो खुदा के सब कामों के लिए खुदा को महिमा दे। बहुत ही अच्छी ब्लेस वर्शिप हुई है और ये पूरा ऑडिटोरियम जो आप देख रहे हैं, जो नीचे से लेकर ऊपर तक पूरा पैक था और खुदा की उपस्थिति। अभी लोग जा रहे हैं, टीम जो सामान क्लोज कर रही है। हम फिर से अपनी डेस्टिनेशन के लिए श्री चमकौर साहिब के लिए रवाना होंगे। तो खुदा ने ये मीटिंग को बहुत ही ज़्यादा ब्लेस बनाया और प्रभु ने इन सब लोगों को ब्लेस किया। गॉड ब्लेस यू। तो कंटिन्यू रमन समिति के साथ जुड़े रहें, परमेश्वर आपको ब्लेस करे। गॉड ब्लेस यू। बाय। ਫੋਟੋ ਨਹੀਂ ਖਿੱਚੋ, ਉਹ ਵੀਡੀਓ ਬਣਾ ਰਹੇ ਅਸੀਂ ਫੋਟੋ ਦੇ ਮੂਡ ਚ ਖੜੇ।